ਸਾਡੇ ਸ਼੍ਰੋਮਣੀ ਸ਼ਹੀਦ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ 'ਤੇ ਵੱਡੀ ਕਹਿਰ ਦੀ ਗਰਮੀ ਦੇ ਵਿੱਚ ਬੈਠੇ ਕਿਸਾਨ ਭਰਾਵੋ ਅਤੇ ਭੈਣੋ, ਸਭ ਤੋਂ ਪਹਿਲਾਂ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਕੱਢਣ ਦੀ ਖਾਤਰ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਾਨਾਂ ਲਾਈਆਂ ਨੇ, ਜੇਲ੍ਹਾਂ ਕੱਟੀਆਂ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਅਸੀਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਇਹਨਾਂ ਥਾਂ ਕਿਉਂ ਦਿੱਤਾ ਅਤੇ ਉਹਨਾਂ ਨੂੰ ਅਸੀਂ ਸ਼ਹੀਦੇ ਆਜ਼ਮ ਹੀ ਕਿਉਂ ਕਹਿੰਦੇ ਹਾਂ, ਇਸ ਗੱਲ ਨੇ ਕਈ ਸਵਾਲ ਖੜ੍ਹੇ ਕੀਤੇ ਹੋਏ ਨੇ। ਜਿਹੜਾ ਨੌਜਵਾਨ ਹਿੱਸਾ ਸਾਡਾ ਪੰਡਾਲ ਦੇ ਵਿੱਚ ਬੈਠਾ, ਇਹਨਾਂ ਸਾਰਿਆਂ ਨੂੰ ਇਉਂ ਲੱਗਦਾ ਕਿ ਭਗਤ ਸਿੰਘ ਦੇ ਕੋਲ ਰਿਵਾਲਵਰ ਫੜਿਆ ਹੋਇਆ ਅਤੇ ਭਗਤ ਸਿੰਘ ਇਸ ਕਰਕੇ ਮਸ਼ਹੂਰ ਹੈ, ਉਹਨੇ ਵੀ ਸਾਂਡਰਸ ਦੇ ਗੋਲੀ ਮਾਰ ਕੇ ਉਹਨੂੰ ਫੋੜਿਆ ਸੀ। ਇਹਦੇ ਨਾਲ ਐਂ ਲੱਗਦਾ ਵੀ ਉਹੀ ਭਗਤ ਸਿੰਘ ਜਿਹੜਾ ਅੰਗਰੇਜ਼ੀ ਹਕੂਮਤ ਦੇ ਇੱਕ ਵੱਡੇ ਪੁਰਜੇ ਨੂੰ ਗੋਲੀ ਨਾਲ ਅਡਾਉਂਦਾ, ਤਾਂ ਉਹੀ ਭਗਤ ਸਿੰਘ ਅਸੈਂਬਲੀ ਦੇ ਵਿੱਚ ਫੋਕਾ ਬੰਬ ਸਿੱਟ ਕੇ ਅੰਗਰੇਜ਼ਾਂ ਨੂੰ ਬਚਾਉਣ ਦਾ ਕਾਹਤੋਂ ਗਿਆ ਸੀ ਬਾਈ? ਉਦੋਂ ਫਿਰ ਉਹਨੇ ਅੰਗਰੇਜ਼ ਕਿਉਂ ਨਹੀਂ ਮਾਰੇ? ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਭਗਤ ਸਿੰਘ ਇਸੇ ਕਰਕੇ ਮਸ਼ਹੂਰ ਆ ਵੀ ਉਹ ਪਿਸਤੌਲ ਵਾਲਾ ਸੀ, ਉਹ ਬੰਬ ਵਾਲਾ ਸੀ, ਨਹੀਂ ਸਾਥੀਓ। ਸ਼ਹੀਦੇ ਆਜ਼ਮ ਭਗਤ ਸਿੰਘ ਦਾ ਥਾਂ ਤਾਂ ਬਣਿਆ ਵੀ ਉਹ ਕਿਤਾਬਾਂ ਵਾਲਾ ਭਗਤ ਸਿੰਘ ਵੀ ਸੀ, ਉਹ ਪੜ੍ਹਦਾ ਸੀ, ਉਹ ਲਿਖਦਾ ਸੀ, ਉਹ ਬੋਲਦਾ ਸੀ। ਭਗਤ ਸਿੰਘ ਦੀ ਮਹੱਤਤਾ ਸਾਡੇ ਘੋਲ ਨਾਲ ਜੁੜ ਕਿਉਂ ਗਈ? ਅਸੀਂ ਅੱਜ ਉਹਦੀ ਸ਼ਤਾਬਦੀ ਮਨਾ ਕਿਉਂ ਰਹੇ ਹਾਂ? ਉਹਦੀ ਸ਼ਤਾਬਦੀ ਦਾ ਦਿਨ ਇਸ ਅੰਦੋਲਨ ਨੂੰ ਸੰਬੋਧਿਤ ਕਿਵੇਂ ਹੋ ਰਿਹਾ? ਇਸ ਗੱਲ ਨਾਲ ਅਸੀਂ ਮੁੱਢ ਤੋਂ ਜੁੜੇ ਹੋਏ ਹਾਂ, ਇਸ ਲਾਈਨ 'ਤੇ ਖੜ ਕੇ ਅਸੀਂ ਅੰਦੋਲਨ ਲੜ ਰਹੇ ਹਾਂ, ਇਸ ਲਾਈਨ 'ਤੇ ਖੜ ਕੇ ਹੀ ਅਸੀਂ ਇੱਥੇ ਤੱਕ ਅੱਗੇ ਵਧੇ ਹਾਂ। ਉਹਦਾ ਕਿਹੜੀ ਲਾਈਨ ਹੈ ਉਹ ਜਿਹਦੇ ਬਾਰੇ ਸਾਡੇ ਬਹੁਤ ਸਾਰੇ ਸਾਥੀਆਂ ਨੇ ਜ਼ਿਕਰ ਕੀਤਾ ਹੈ ਕਿ ਭਗਤ ਸਿੰਘ ਕਹਿੰਦਾ ਸੀ ਕਿ ਦੇਸ਼ ਵਾਸੀਓ, ਤੁਹਾਡੇ ਨਾਲ ਆਜ਼ਾਦੀ ਦੇ ਨਾਂ 'ਤੇ ਕੋਈ ਧੋਖਾ ਹੋ ਸਕਦਾ, ਇੱਥੇ ਇੱਕ ਸਮਝੌਤਾ ਹੋ ਸਕਦਾ, ਅੰਗਰੇਜ਼ ਪਰਦੇ ਪਿੱਛੇ ਹੋ ਸਕਦੇ ਨੇ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਹੀ ਰੂਪ ਦੂਜੇ ਰੰਗ ਦੇ ਵਿੱਚ ਇਸ ਦੇਸ਼ ਦੀ ਧਰਤੀ 'ਤੇ ਰਾਜ ਕਰੂਗਾ, ਇਹ ਭਗਤ ਸਿੰਘ ਦੀਆਂ ਲਿਖਤਾਂ ਕਹਿੰਦੀਆਂ ਨੇ ਬਾਈ। ਇਹ ਭਗਤ ਸਿੰਘ ਨੇ ਬੋਲ ਕੇ ਕਿਹਾ 1947 ਦੇ ਵਿੱਚ, ਇਹੀ ਹੋਇਆ ਪੱਛਮੀ ਬੰਗਾਲ ਅਤੇ ਪੰਜਾਬ ਦੇ ਵਿੱਚ ਹੱਲਾ ਗੁੱਲਾ ਹੋਇਆ, ਵੱਡਾ ਟੁੱਕੀ ਹੋਈ, ਲੱਖਾਂ ਲੋਕ ਮਰ ਗਏ, ਲੱਖਾਂ ਦੀ ਬੇਪਤੀ ਹੋਈ, ਬੱਚੇ ਬੁੱਢੀਆਂ ਬਲਾਤਕਾਰ ਦੇ ਕੇਸ ਹੋਏ, ਬਹੁਤ ਸਾਰੇ ਘਰ ਉਜੜੇ, ਬਹੁਤ ਸਾਰੇ ਘਰ ਬੇਕਾਰ ਹੋ ਗਏ ਅਤੇ ਦੇਸ਼ ਦੇ ਉੱਤੇ ਕਾਲੇ ਹਾਕਮ ਬਿਰਾਜਮਾਨ ਹੋ ਗਏ। ਜਦੋਂ ਤੋਂ ਲੈ ਕੇ 1947 ਤੋਂ ਲੈ ਕੇ ਜਦੋਂ ਉਹਨੇ ਸੱਤਾ 'ਤੇ ਕਬਜ਼ਾ ਕੀਤਾ ਤਾਂ ਦੇਸ਼ ਇੱਕ ਐਸੇ ਦੌਰ ਵਿੱਚ ਦੀ ਗੁਜ਼ਰਿਆ ਕਿ ਦੇਸ਼ ਦੇ ਲੋਕਾਂ ਕੋਲ ਖਾਣ ਵਾਸਤੇ ਅੰਨ ਨਹੀਂ ਸੀ, ਦੇਸ਼ ਦੇ ਲੋਕ ਅੰਨ ਕਲੀਓਂ ਭੁੱਖੇ ਮਰਦੇ ਸੀ। ਤਾਂ ਜਦੋਂ ਵਿਦੇਸ਼ਾਂ ਕੋਲ ਜਾਣ ਲੱਗੇ ਤਾਂ ਵਿਦੇਸ਼ੀ ਵਿਕਸਿਤ ਮੁਲਕ ਜਿਹਦੇ ਵਿੱਚ ਅੰਗਰੇਜ਼ਾਂ ਬਰਤਾਨੀਆ ਵੀ ਸੀ, ਅਮੈਰੀਕਾ ਅਤੇ ਹੋਰ ਵੱਡੇ ਮੁਲਕ ਸੀਗੇ ਜਿਨ੍ਹਾਂ ਨੇ ਜੰਗਾਂ ਲਾਈਆਂ ਨੇ ਇੱਕ ਦੂਜੇ ਨੂੰ ਮੰਡੀ ਦੀ ਖਾਤਰ, ਮੰਡੀਆਂ ਖੋਹਣ ਦੀ ਖਾਤਰ, ਉਹਨਾਂ ਨੂੰ ਵੀ ਭਾਰਤ ਵਾਲੀ ਮੰਡੀ ਦੀ ਲੋੜ ਸੀ। ਬਰਤਾਨੀਆ ਸਾਮਰਾਜ ਦੇ ਕਬਜ਼ੇ 'ਚੋਂ ਉਹ ਭਾਰਤ ਦੀ ਮੰਡੀ ਨੂੰ ਖੋਹਣਾ ਚਾਹੁੰਦੇ ਸੀ, ਉਹਨਾਂ ਨੇ ਅੰਨ ਦਿੱਤਾ, ਅੰਨ ਹੀ ਨਹੀਂ ਦਿੱਤਾ, ਅੰਨ ਦੇ ਨਾਲ ਉਹਨਾਂ ਦੀ ਲੋੜ ਸੀ ਕਿ ਭਾਰਤ ਦੀ ਮੰਡੀ ਦੇ ਵਿੱਚ ਮਸ਼ੀਨਰੀ ਵੇਚੀ ਜਾਵੇ। ਉਹਨਾਂ ਨੇ ਹਰੀ ਕ੍ਰਾਂਤੀ ਦੇ ਨਾਂ 'ਤੇ ਜਿੱਥੇ ਭਾਰਤ ਦੇ ਲੋਕਾਂ ਦੀ ਲੋੜ ਪੂਰੀ ਕੀਤੀ ਉੱਥੇ ਆਪਣਾ ਬਹੁਤ ਸਾਰਾ ਸਾਜੋ ਸਮਾਨ ਆਪਣੀ ਮਰਜ਼ੀ ਦੇ ਨਾਲ ਵੇਚਿਆ। ਉਹ ਮਰਜ਼ੀ ਦੇ ਨਾਲ ਵੇਚ ਕੇ
अन्ने मुनाफे लाए हरी क्रांति दी बेजी बदी हुई पैदावार सारी सत समुद्रों पार टपके कारपोरेटा की जेब च पै गई। ना सरकार दे पले कुछ पिया, ना किरतियां दे पले कुछ पिया, सनता दे विचों फैक्ट्रियां दवाइया रेह खादा कपड़े लिगड़े बन के बेचते रहे, ते किरती भी लुट ले ते सरकार भी लुट ली। बड़े मुनाफे हो गए 1990 च जाके, हालत यह बन गई कि इंडस्ट्रिया का साम्राज्य का माल बिकनों हट गया। एक आर्थिक संकट आ गया, देश करजई हो गया, किसान सिर कर्जा हो गया, सनता का माल बिकनों हट गया, कारपोरेट का माल बिकनों हट गया, तो देश का खजाना खाली हो गया। देश के खजाने की हालत यह बन गई भी भारत के हाकमों के कोल उस वेले विदेशी साम्राज का कर्जा मोड़न वास्ते पैसा नहीं सी। इन्होंने बहुत सारा सोना गहने करके विदेशों का कर्जा तारिया। वो आर्थिक संकट के नाते फिर 1990 दे विच मनमोहन सिंह की सरकार, नरसिम्हा राव की सरकार ने नवीं आर्थिक नीतियां के नाते वो साम्राजी मुल्कां दे संकट नूं हल करन दी खातर, इन्हां लोकां दा संकट हल करन दी कदे नहीं सोची, इन्हां दे कर्जां दा हल नहीं कढ़िया। जदों किसानी कर्जे च डुब रही है, देश दी सरकार कोले धेला नहीं, विदेशां दा कर्जा सिर चढ़िया होया है, ते किसान तरह तरह करदे ने, उदों नीतियां लियांदियां नवीं आर्थिक नीतियां दे नां ते। ਉਹ ਇੱਕ ਸਮਝੌਤਾ ਲਿਆਂਦਾ ਹੋਇਆ ਵਿਸ਼ਵ ਵਪਾਰ ਸੰਸਥਾ WTO ਨਾਂ ਦੇ, ਕੁਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਨੇ ਉਦੋਂ ਕੰਡੀਸ਼ਨ ਲਾਈ, ਭਾਰਤ ਦੀ ਸਰਕਾਰ 'ਤੇ ਇਹ ਕੰਡੀਸ਼ਨ ਲਾਈ ਕਿ ਸੋਨੇ ਨੂੰ ਕਰਜ਼ਾ ਤਾਂ ਮਿਲੂਗਾ ਜੇ ਆਹ ਨੀਤੀਆਂ ਦੇ ਉੱਤੇ ਦਸਖਤ ਕਰੋਗੇ ਤੁਸੀਂ। ਉਹ ਭਰਾਵੋ ਨੀਤੀਆਂ ਕਿਹੜੀਆਂ ਸੀ? ਉਹ ਨੀਤੀਆਂ ਸੀ ਕਿ ਖੇਤੀ ਕਿੱਤੇ 'ਤੇ ਦੇਣ ਵਾਲੀਆਂ ਸਾਰੀਆਂ ਸਬਸਿਡੀਆਂ ਖਤਮ ਕਰ ਦਿਓ, ਜਿੰਨੀਆਂ ਸੇਵਾਵਾਂ ਨੇ, ਸਕੂਲ ਨੇ, ਬਿਜਲੀ ਬੋਰਡ ਹੈ, ਸਿਹਤ ਸੇਵਾਵਾਂ ਨੇ, ਰੇਲਾਂ ਨੇ, ਟਰਾਂਸਪੋਰਟ ਹੈ, ਸੰਚਾਰ ਦਾ ਮਹਿਕਮਾ, ਰੇਲਵੇ ਹੈ, ਕੋਲੇ ਦੀਆਂ ਖਾਣਾਂ ਨੇ, ਬੰਦਰਗਾਹਾਂ ਨੇ, ਹਵਾਈ ਅੱਡੇ ਨੇ, ਜਿਹੜੀਆਂ ਸੇਵਾਵਾਂ ਰਿਆਇਤੀ ਦਰਾਂ 'ਤੇ ਮਿਲਦੀਆਂ ਨੇ, ਜਿਹੜੀਆਂ ਤੁਸੀਂ ਆਪਦੇ ਲੋਕਾਂ ਨੂੰ ਇੱਕ ਸਹੂਲਤ ਦੇ ਰੂਪ 'ਚ ਦਿੰਦੇ ਹੋ, ਉਹ ਸਾਰੀਆਂ ਸੇਵਾਵਾਂ ਕਾਰਪੋਰੇਟਾਂ ਦੇ ਹਵਾਲੇ ਕਰਨੀਆਂ ਨੇ। ਅਤੇ ਤੁਹਾਡੇ ਮੁਲਕ ਦੇ ਵਿੱਚ ਜਿੰਨਾ ਅਨਾਜ ਪੈਦਾ ਹੁੰਦਾ ਪੂਰੇ ਭਾਰਤ ਦੇ ਵਿੱਚ, ਉਹਦਾ 5% ਅਨਾਜ ਤੁਹਾਨੂੰ ਵਿਦੇਸ਼ਾਂ ਕੋਲੋਂ ਜਬਰੀ ਲੈਣਾ ਪੈਣਾ, ਭਾਵੇਂ ਤੁਹਾਨੂੰ ਲੋੜ ਹੈ ਅਤੇ ਭਾਵੇਂ ਤੁਹਾਨੂੰ ਲੋੜ ਨਹੀਂ ਹੈ। ਅਤੇ ਜਿਹੜੀ ਸਰਕਾਰੀ ਖਰੀਦ ਕਰਦੇ ਹੋ, ਇਹ ਸਰਕਾਰੀ ਖਰੀਦ ਬੰਦ ਕਰਨੀ ਪੈਣੀ ਹੈ, ਅਤੇ ਸਰਕਾਰੀ ਮੰਡੀਆਂ ਤੁਹਾਨੂੰ ਖਤਮ ਕਰਨੀਆਂ ਪੈਣੀਆਂ। ਜਿਹੜੇ ਭੰਡਾਰ ਰੱਖੇ ਹੋਏ ਨੇ ਤੁਹਾਡੇ ਗੋਦਾਮਾਂ ਦੇ, ਇਹ ਭੰਡਾਰਾਂ ਦੇ ਵਿੱਚ ਅਨਾਜ ਨਹੀਂ ਹੋਣਾ ਚਾਹੀਦਾ। 1990 ਨੂੰ ਇਹ ਨੀਤੀਆਂ 'ਤੇ ਨਰਸਿਮ੍ਹਾ ਰਾਓ ਦੀ ਸਰਕਾਰ ਨੇ ਦਸਖਤ ਕੀਤੇ ਨੇ, ਮਨਮੋਹਨ ਸਿੰਘ ਨਾਲ ਹੈ, ਪਰ ਇਹ ਠੀਕ ਹੈ ਉਹ ਨੀਤੀਆਂ ਉਦੋਂ ਨਹੀਂ ਲਾਗੂ ਹੋਈਆਂ, ਉਹ 10-15 ਸਾਲਾਂ ਦੇ ਵਿੱਚ ਲਾਗੂ ਕਰਨ ਦਾ ਫੈਸਲਾ ਸੀ। ਉਹ ਨੀਤੀਆਂ ਹੋਣ ਤੋਂ ਬਾਅਦ ਜਦੋਂ ਦਸਖਤ ਹੋ ਗਏ, ਉਦੋਂ ਬਾਅਦ ਇਹ ਪ੍ਰਚਾਰ ਚੱਲਣਾ ਸ਼ੁਰੂ ਹੋ ਗਿਆ ਕਿ ਕਣਕ ਝੋਨੇ ਦੀ ਫਸਲ 'ਚੋਂ ਬਾਹਰ ਨਿਕਲੋ। ਉਦੋਂ ਬਾਅਦ ਝੋਨੇ ਦੀ ਗਿੱਲ ਸੁੱਕ ਦਾ ਸਵਾਲ ਪੈਦਾ ਹੋ ਗਿਆ। ਉਦੋਂ ਬਾਅਦ ਕੰਡੀਸ਼ਨਾਂ ਲੱਗਣ ਲੱਗ ਗਈਆਂ, ਦਾਣਾ ਕਾਲਾ, ਦਾਣਾ ਟੁੱਟਿਆ, ਦਾਣਾ ਫਲਾਣਾ, ਦਾਣਾ ਚਮਕਾਉਣਾ। ਉਦੋਂ ਬਾਅਦ ਖਰੀਦ ਦੀ ਪਰਸੈਂਟੇਜ ਘਟਣ ਲੱਗ ਗਈ, ਯਾਨੀ ਹੌਲੀ ਹੌਲੀ ਮੰਡੀਆਂ 'ਚੋਂ ਹੱਥ ਪਚਾਹਾਂ ਖਿੱਚਣ ਲੱਗ ਗਿਆ। ਜਿਹੜੇ ਸਰਕਾਰੀ ਸਕੂਲਾਂ 'ਚੋਂ ਵਿੱਦਿਆ ਮਿਲਦੀ ਸੀ ਉਹਨਾਂ ਦੇ ਬਰਾਬਰ ਪ੍ਰਾਈਵੇਟ ਸਕੂਲ ਖੋਲ੍ਹਤੇ, ਜਿਹੜੇ ਹਸਪਤਾਲਾਂ ਤੋਂ ਸਸਤੀ ਸੇਵਾਵਾਂ ਮਿਲਦੀਆਂ ਸੀ ਉਹਦੇ ਬਰਾਬਰ ਪ੍ਰਾਈਵੇਟ ਹਸਪਤਾਲ ਖੋਲ੍ਹਤੇ, ਅਤੇ ਬਿਜਲੀ ਬੋਰਡ ਦਾ ਨਿੱਜੀਕਰਨ ਕਰਨ ਦਾ ਫੈਸਲਾ ਕਰ ਲਿਆ, ਰੇਲ ਗੱਡੀਆਂ ਵੇਚਣ ਦਾ ਫੈਸਲਾ ਕਰ ਲਿਆ। ਯਾਨੀ ਦੂਜੇ ਸਮਝੌਤੇ ਦੇ ਵਿੱਚ ਵਿਦੇਸ਼ੀ ਕਾਰਪੋਰੇਟ ਨੂੰ
मुनाफे देने की खातर जिन्हें पबलिक अदारे से उन्होंने देने का फैसला तो साडे प्रधानमंत्री ने दस्तखत किए हुए। यह दूजा आर्थिक संकट से उस वेले तो वो नीतियां ज्यों लागू होंदिया आईया ने हौली 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 कहा जा सकता है विद्या सोडे हथां चली गई। आ जिहड़ियां मैं सेवावां गिणियां ने यह लगभग सारियां सोडे कोलों खोलियां। भला कारण की? क्योंकि यह जरूरी सेवावां ने, सोनू इन्हां तों बिना सरदा नहीं। बिजली सोनू किसी रेट से मर्जी बेचण सोनू लैनी पैनी है, विद्या सोनू किसी रेट से देण सोनू लैनी पैनी है, सेहत सहूलतों की कोई फीस होवे सोनू इलाज करवाउणा पैणा है, गड्डियां च भी चढ़ना पैणा है, रेलों च भी चढ़ना पैणा है, जहाजा च भी चढ़ना पैणा है, सेवावां भी लैनिया पैनिया ने, संचार विभाग के भी सोनू जिहड़ियां सेवावां मिलदियां ने वह भी लैनिया पैणगियां। जानी ये सारे के सारे इदारे कारपोरेट नूं वड्डे मुनाफे देण की खातर उन्हां शर्तां दी तहत इन्हां ने वो समझौते ते भाई दस्तखत कर हालत यह बन गई देश की कि इस वेले कारपोरेट के घराने ने मुनाफे दुगने चौगने हो गए। जदों ये सारे के सारे ते कब्जा कर लिया तो मोदी कारपोरेट का बड़ा वफादार सिपाही है। इन्हें कोरोना नूं देखदिया सार आ जिहड़े तीन कानून लियांदे ने भाई ये उस गल का छिट्टा है। इहदे विच छिट्टा यह है कि हुण असीं सारियां सेवावां दा कब्जे च करन दा फैसला कर लिया, मोदी साहब तैयार हो गया, तो हुण जिहड़ियां खाण पीण दीआं वस्तां ने वह भी कारपोरेट घराणे दी मुट्ठी च होणियां चाहीदियां ने। उहदी खातर बनाए ने यह तीन कानून, उहदी खातर छोटां दित्तियां ने। जरूरी वस्तां एक्ट के मुताबक कोई भी घनाट कोई भी कारपोरेट जिन्ना मर्जी माल खरीद के जमा कर लवे उनू कोई सरकार पूछ नहीं सकती कि तेरे कोले इन्ना ना जमा पिया, देश के लोग भुखे मरते ने, तू मंडी च माल कातों नहीं लेके जाता। उनू कानूनी तौर पर मानता मिली हुई है। यह कानून इस गल की आग्या दिंदा है। ये बराबर ही उनू प्राइवेट मंडी की छोट भी देती कि प्राइवेट मंडी की छोट दे नाल जे अपनी मंडी च माल खरीदेगा तेरे ते कोई टैक्स भी नहीं होगा, टैक्स की भी रियायत करती। प्राइवेट मंडी के 160 रुपये क्विंटल मगर जिहड़ा टैक्स लगता है वह नहीं लगेगा, तो सरकारी मंडी के टैक्स देना पेगा। तो प्राइवेट प्लेयर 80 रुपये क्विंटल दे सानू वध दे के जदों वह माल खरीदूगा तो तुसी मंडियां च प्राइवेटां च माल डेगोगे, सरकारी मंडियां च थोड़ा माल नहीं जाना। सिट्टा यह होना कि ना मंडियां च खरीद एजेंसियां ने जाना, ना मंडियां च आढ़तियां ने जाना, ना मार्केट कमेटी ने जाना, ना लेबर ने जाना, ना सरकारी गोदामां दे विच खरीदया होया अनाज जाना। जे भला भाई सरकारी अनाज गया ही नहीं मंडियां च तो मजदूरों जिहड़ी जनतक वंड प्रणाली की सहूलत है वह फिर कित्थों मिलेगी? तो जदों अनाज प्राइवेटां दे हवाले हो गया चाहे महंगा लै गए हो तो जे कल नूं अनाज की लोड़ पै जे किसी भी सैक्टर दे विच किसी खाण वाले लोगों नूं तो प्राइवेट मालक अपनी मर्जी दे रेट बेचूगा। जिवें हुण सेवां दा हाल है जम्मू कश्मीर दे विच अजे कानून लागू नहीं होए, 5 तो लैके 9 रुपये किलो तक स्यऊ खरीद रहा है अडानी, तो मार्केट के स्यूआं का रेट 200 रुपये है। वह स्यूआं का रेट 800-900 रुपये लैके 200 रुपये तक स्यऊ बेच रहा है। जे भरावो ये कानून लागू हो जाते हैं तो पंजाब की सारी उपजाऊ धरती कारपोरेटा के हवाले हो जूगी। हुण जदों एक गल कहने तो सानू ऐ लगता भी कानून दे विच किते लिखिया तो है नहीं कि कारपोरेट वड्डे घराने जगीरदार जमीना खरीद लैणगे। साडा सोडे ते यह सवाल है भी जदों तुहानू घर का गुजारा चलाउण वास्ते बच्चों कोले रुजगार नहीं, किते काम करन नूं दिहाड़ी नहीं,
ਤਾਂ ਘਰ ਦੀ ਕਮੀਲਦਾਰੀ ਖੇਤੀ 'ਚੋਂ ਪੂਰੀ ਨਹੀਂ ਹੁੰਦੀ ਤਾਂ ਘਰ ਦੀਆਂ ਲੋੜਾਂ ਪੂਰੀਆਂ ਕਰੋਗੇ ਕਿੱਥੋਂ ਤੁਸੀਂ ਤਾਂ ਫਿਰ ਤੁਹਾਨੂੰ ਜ਼ਮੀਨਾਂ ਵੇਚ ਕੇ ਘਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ ਜਦੋਂ ਘਰ ਦੀਆਂ ਲੋੜਾਂ ਜ਼ਮੀਨਾਂ ਵੇਚ ਕੇ ਪੂਰੀਆਂ ਹੋਣਗੀਆਂ ਫਿਰ ਖਰੀਦੂਗਾ ਕੌਣ ਜਿਹਦੇ ਕੋਲ ਪੈਸੇ ਹੋਣਗੇ ਪੈਸੇ ਕਿਹਦੇ ਕੋਲ ਹੋਣਗੇ ਜਗੀਰਦਾਰਾਂ ਕੋਲ ਜਗੀਰਦਾਰ ਜ਼ਮੀਨਾਂ ਖਰੀਦਣਗੇ ਵੱਡੀਆਂ ਕੰਪਨੀਆਂ ਜ਼ਮੀਨਾਂ ਖਰੀਦਣਗੀਆਂ ਬਹੁਤ ਛੋਟੇ ਹਿੱਸੇ ਕੋਲ ਇਹ ਜ਼ਮੀਨ ਦੀ ਮਾਲਕੀ ਚਲੀ ਗਈ ਜਦੋਂ ਜ਼ਮੀਨ ਦੀ ਮਾਲਕੀ ਚਲੀ ਗਈ ਤਾਂ ਅਨਾਜ ਦੀ ਮਾਲਕੀ ਵੀ ਕਾਰਪੋਰੇਟਾਂ ਦੇ ਹੱਥਾਂ 'ਚ ਆ ਗਈ ਭਰਾਵੋ ਫਿਰ ਪੰਜਾਬ ਦੀ ਵਿਰਾਸਤ ਦਾ ਪੰਜਾਬ ਦੇ ਲੋਕਾਂ ਦਾ ਬਣ ਕੀ ਜਾਊਗਾ ਇਸ ਗੱਲ ਦਾ ਸਵਾਲ ਹੈ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਭਰਾਵੋ ਇਹ ਤਿੰਨ ਕਾਨੂੰਨਾਂ ਦਾ ਅੰਦੋਲਨ ਇਕੱਲੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਨਹੀਂ ਹੈ ਇਹ ਸਾਰੇ ਲੋਕਾਂ ਦਾ ਅੰਦੋਲਨ ਹੈ ਤੁਸੀਂ ਜਦੋਂ ਇਹਨੂੰ ਛੇੜਿਆ ਜਦੋਂ ਤੁਸੀਂ ਇਹਨੂੰ ਹੱਥ 'ਚ ਲਿਆ ਤੁਸੀਂ ਮੱਥ ਕੇ ਚੱਲੇ ਸੀ ਜਿਵੇਂ ਕਹਿ ਗਏ ਸਾਡੇ ਬੁਲਾਰੇ ਲੜਾਈ ਮੋਦੀ ਨਾਲ ਨਹੀਂ ਹੈ ਲੜਾਈ ਕਾਰਪੋਰੇਟਾਂ ਨਾਲ ਹੈ ਲੜਾਈ ਅਡਾਨੀ ਅਤੇ ਅਵਾਨੀ ਨਾਲ ਨਹੀਂ ਹੈ ਲੜਾਈ ਵੱਡੇ ਸਾਮਰਾਜੀ ਲਟੇਰਿਆਂ ਨਾਲ ਹੈ ਉਹ ਲਟੇਰੇ ਜਿਹੜਾ ਭਗਤ ਸਿੰਘ ਕਹਿੰਦਾ ਸੀ ਇੱਥੇ ਜੋਕਾਂ ਦਾ ਅਤੇ ਲੋਕਾਂ ਦਾ ਰੌਲਾ ਹੈ ਇੱਥੇ ਇੱਕ ਉਹ ਧਿਰਾ ਜਿਹੜੀ ਖਰੀਦਦੀ ਵੀ ਮਨਮਰਜ਼ੀ ਨਾਲ ਹੈ ਅਤੇ ਵੇਚਦੀ ਵੀ ਮਨਮਰਜ਼ੀ ਨਾਲ ਹੈ ਉਹਦਾ ਖਰੀਦਣ ਦਾ ਰੇਟ ਵੀ ਆਪਦਾ ਅਤੇ ਵੇਚਣ ਦਾ ਰੇਟ ਵੀ ਉਹਦਾ ਆਪਦਾ ਹੁੰਦਾ ਖਰੀਦਣੀ ਸਸਤੀ ਹੈ ਵੇਚਣੀ ਮਹਿੰਗੀ ਹੈ ਉਹਨਾਂ ਨੇ ਐਸ ਕਿਰਤੀ ਲੋਕਾਂ ਦਾ ਰੱਤ ਪੀ ਕੇ ਹਾਕਮ ਧਿਰ 'ਤੇ ਕਬਜ਼ਾ ਕੀਤਾ ਹੋਇਆ ਜਿਹੜੀ ਅਸੈਂਬਲੀ ਦੇ ਵਿੱਚ ਬੈਠੇ ਹੋਏ ਲੋਕ ਨੇ 542 ਦੇ ਵਿੱਚੋਂ ਲਗਭਗ 400 ਲੋਕਾਂ ਦੇ ਉਹ ਨੇ ਜਿਹੜੇ ਆਪਣੇ ਆਪ ਨੂੰ ਕਿਸਾਨ ਲਿਖਦੇ ਨੇ ਪਰ ਕਿਸਾਨਾਂ ਦੇ ਬਾਰੇ ਕੀ ਕਹਿੰਦੇ ਨੇ ਉਹ ਕਿ ਕਾਨੂੰਨ ਬਹੁਤ ਚੰਗੇ ਨੇ ਕਾਨੂੰਨ ਬਹੁਤ ਵਧੀਆ ਨੇ ਇਹ ਤੁਹਾਡੀ ਲੜਾਈ ਨੂੰ ਜਦੋਂ ਤੁਸੀਂ ਛੇੜੀ ਹੈ ਭਰਾਵੋ ਉਦੋਂ ਪਤਾ ਸੀ ਅੱਜ ਸਾਲ ਹੋ ਗਿਆ ਪੰਜਾਬ ਦੇ ਵਿੱਚ ਲਗਾਤਾਰ ਲੜਾਈ ਚੱਲਦੀ ਨੂੰ ਇਹ ਲੜਾਈ ਨੇ ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਸੀ ਕਿ ਜਦੋਂ ਦਿੱਲੀ ਚਲੇ ਗਏ ਜਾਂਦਿਆਂ ਲੜਾਈ ਜਿੱਤ ਲੈਣੀ ਹੈ ਮੁੜਿਆ ਵਾਂਗੇ 2-4 ਦਿਨ ਦੇ ਵਿੱਚ ਆਪਾਂ ਨੇ ਕਿਹਾ ਸੀ ਭਰਾਵੋ ਦਿੱਲੀ ਦਾ ਮੋਰਚਾ ਸਥਾਪਿਤ ਕਰ ਦਿਓ ਇਹਨੂੰ ਇੱਕ ਥਾਂ 'ਤੇ ਸਟੈਂਡ ਕਰਦਾ ਰਹਿਣ ਦਿਓ ਅਤੇ ਉੱਥੋਂ ਲੜਾਈ ਭਾਰਤ ਦੇ ਸੂਬਿਆਂ 'ਚ ਲੈ ਕੇ ਜਾਓ ਇਹਨੂੰ ਐਡੀ ਵਿਸ਼ਾਲ ਕਰ ਦਿਓ ਕਿ ਇਹ ਪੂਰੇ ਭਾਰਤ ਦੇ ਕਿਰਤੀਆਂ ਦੀ ਲੜਾਈ ਬਣ ਜਾਏ ਅਤੇ ਇਹਨੂੰ ਐਡੀ ਵਿਸ਼ਾਲ ਕਰ ਦਿਓ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨੂੰ ਹਮਾਇਤ ਹਾਸਲ ਹੋਣ ਲੱਗ ਜਾਵੇ ਤੁਸੀਂ ਵਧਾਈ ਹੈ ਤੁਹਾਨੂੰ ਕਿ ਤੁਸੀਂ ਇਸ ਲੜਾਈ ਨੂੰ ਉਸ ਲਾਈਨ 'ਤੇ ਖੜ ਕੇ ਉਹ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਲਾਈਨ 'ਤੇ ਖੜ ਕੇ ਸਹੀ ਪਰਖ ਕੀਤੀ ਹੈ ਸਹੀ ਪਛਾਣ ਕੀਤੀ ਹੈ ਸਹੀ ਦਿਸ਼ਾ 'ਚੋਂ ਸਹੀ ਦਿਸ਼ਾ 'ਚ ਜਾ ਰਹੇ ਹੋ ਉੱਧਰ ਨੂੰ ਚੱਲਦੀ ਹੋਈ ਲੜਾਈ ਯਾਨੀ ਸਿਖਰਾਂ 'ਤੇ ਜਾਵੜੀ ਅੱਜ ਉਹ ਮੋਦੀ ਜਿਹੜਾ ਚੌਥੇ ਜਹਾਜ਼ ਚੜ੍ਹ ਜਾਂਦਾ ਸੀ 10 ਮਹੀਨਿਆਂ 'ਚ 2 ਵਾਰੀ ਬਾਹਰ ਗਿਆ ਬਾਈ ਅਤੇ ਦੋਨੇ ਕੁੱਤੇ ਖਾਣੀ ਹੋਈ ਆ ਉਹਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਉਹਦੇ ਨਾਲ ਕੁੱਤੇ ਖਾਣੀ ਹੋਈ ਅਮਰੀਕਾ ਦੇ ਵਿੱਚ ਉਹਦੇ ਨਾਲ ਕੁੱਤੇ ਖਾਣੀ ਹੋਈ ਅੱਜ ਅਸੀਂ ਪੁੱਛਣਾ ਚਾਹੁੰਦੇ ਹਾਂ ਬਰਨਾਲੇ ਦੀ ਧਰਤੀ ਤੋਂ ਉਹ 56 ਇੰਚ ਦੀ ਛਾਤੀ ਵਾਲਿਆ ਬਲੂੰਗੜਿਆ ਅੱਜ ਪੰਜਾਬ ਦਾ ਬਰਨਾਲਾ ਮੰਡੀ ਦੇ ਵਿੱਚ ਕੱਠ ਤੋਂ ਪੁੱਛਦਾ ਵੀ ਦੱਸ ਤੇਰੀ 56 ਇੰਚ ਦੀ ਛਾਤੀ ਦੇ ਵਿੱਚ ਸਾਹ ਚੱਲਦੇ ਨੇ ਕਿ ਤੂੰ ਮੋ ਗਿਆ ਤੂੰ ਮਰ ਗਿਆ ਤੈਨੂੰ ਲੋਕਾਂ ਨੇ ਮਰਿਆ ਐਲਾਨ ਕਰ ਦਿੱਤਾ ਤੂੰ ਸਿਰਫ ਉਹਨਾਂ ਦਾ ਦੱਲਾ ਰਹਿ ਗਿਆ ਤੂੰ ਉਹਨਾਂ ਤੋਂ ਦਲਾਲਗੀਆਂ ਰਹਿਣ ਜੋਗਾ ਰਹਿ ਗਿਆ ਅਤੇ ਤੈਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਾਂਗੇ ਤੇਰੀ ਆਪਦੀ ਪਾਰਟੀ ਦੇ ਵਿੱਚ ਫੁੱਟ ਪਊਗੀ ਤੂੰ ਵਿੱਚੋਂ ਡਿੱਜੇਗਾ ਬੀਜੇਪੀ ਵਿੱਚੋਂ ਟੁੱਟੂਗੀ ਦੋਸਤੋ ਇਹ ਗੱਲ ਬੇਸ਼ੱਕ ਅਸੀਂ ਅੱਜ ਤੋਂ 5 ਮਹੀਨਿਆਂ ਪਹਿਲਾਂ ਕਿਹਾ ਸੀ ਕਿ ਸਾਡੇ ਇਕੱਠ ਬੀਜੇਪੀ ਨੂੰ ਵਿੱਚੋਂ ਨੁਕਸਾਨ ਕਰਨਗੇ ਬੋਲਦਾ ਸੁਣਿਆ ਹੋਣਾ ਤੁਸੀਂ ਮੇਨਕਾ ਗਾਂਧੀ ਦਾ ਸੁਣਿਆ ਹੋਣਾ ਸੋਸ਼ਲ ਮੀਡੀਆ 'ਤੇ ਬੋਲਦਾ ਉਹਦੇ ਮੁੰਡੇ ਦਾ ਪ੍ਰਚਾਰ ਸੁਣਿਆ ਹੋਣਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਾ ਪ੍ਰਚਾਰ ਸੁਣਿਆ ਹੋਣਾ ਤੁਸੀਂ ਗਡਕਰੀ ਨੂੰ ਬੋਲਦੇ ਸੁਣਿਆ ਹੋਣਾ ਸਾਰੇ ਇਹਦੇ ਖਿਲਾਫ਼ ਤੋਏ ਤੋਏ ਕਰਦੇ ਨੇ ਸਾਰੇ ਇਹਨੂੰ ਤੋਏ ਤੋਏ ਕਰਦੇ ਨੇ ਇਹਨੂੰ ਬਾਹਰ ਨਿਕਲਣ ਦੀ ਥਾਂ ਨਹੀਂ
अजे कल ही बंद करके हटो ना भाई, तुसी हिंदुस्तान बंद कल ही कीता ते कल ही तोमर दे अंदर टली बली हुई उहदे गल च, जदों उहदी टली खड़का दिंदे ने उहदी उह बयान दे दिंदा कि हम बात करने के लिए तैयार हैं। ओ तेरी औकात की है, तेरी गल की है, तू चीज की है गल करन वाली? जे गल करनी हुंदी है ना सरकार ने भाई, तां सरकार तां लिखती चिट्ठी दिंदी हुंदी है जथेबंदियां नूं कि सरकार चाहती है कि फलानी तरीक नूं 11 बजे फलानी जगह ते सरकार आप दे काप के साथ बातचीत करना चाहती है। इहनू कहिंदे आ सद्दा, जिहड़ा अखबारां दे विच बयान देना इहनू कहिंदे आ टल्ला। असीं टल्लिआं नूं समझदे आ भाई, जिहड़े तूं टल्ले मारदा है समझदे आ, ओह टल्ले सानूं वी मारने आउंदे आ। असीं तां भाई तैयार हो के चले आ, साडे तां दिल्ली दी बार्डर ते दशहरे दे जौं बीजे पए ने, असीं तां दिवाली दे कूजड़े खरीद रखे ने, तूं समझदा की है? ਉਹ ਦਿਵਾਲੀ ਦੇ ਦੀਵੇ ਬਾਈ ਸਾਡੇ ਤਾਂ ਉੱਥੇ ਬਲਣਗੇ, ਪਰ ਇੱਕ ਗੱਲ ਸੁਣ ਲੈ, ਸਾਡੀਆਂ ਤਾਂ ਉਹ ਝੂਪੜੀਆਂ ਨੇ, ਸਾਡੀਆਂ ਤਾਂ ਉਹ ਟਰਾਲੀਆਂ ਨੇ, ਅਸੀਂ ਤਾਂ ਗੱਡਿਆਂ ਵਾਲਿਆਂ ਵਾਂਗ ਰਹਿ ਰਹੇ ਹਾਂ, ਅਸੀਂ ਤਾਂ ਬਾਈ ਟੱਪਰੀ ਬੱਸਾਂ ਦਾ ਜੀਵਨ ਬਸਰ ਕਰ ਰਹੇ ਹਾਂ, ਅਸੀਂ ਹਨੇਰੀਆਂ ਵੀ ਚੱਲੀਆਂ ਨੇ, ਅਸੀਂ ਠੰਡਾਂ ਵੀ ਚੱਲੀਆਂ ਨੇ, ਅਸੀਂ ਧੁੱਪਾਂ ਵੀ ਚੱਲੀਆਂ ਨੇ, ਅਸੀਂ ਗਰਮੀਆਂ ਵੀ ਚੱਲੀਆਂ ਨੇ, ਸਾਨੂੰ ਮੱਛਰ ਨੇ ਵੀ ਖਾਧਾ ਹੈ। ਪਰ ਇੱਕ ਗੱਲ ਯਾਦ ਰੱਖੀ, ਦਿਵਾਲੀ ਦਾ ਦੀਵਾ ਸਿਰਫ ਸਾਡੀ ਛੱਤ 'ਤੇ ਬਲੂਗਾ ਅਤੇ ਤੇਰੇ ਘਰ 'ਚ ਹਨੇਰਾ ਹੋਊਗਾ, ਅਸੀਂ ਇਹ ਤੇਰੇ ਨਾਲ ਵਾਅਦਾ ਕਰਦੇ ਹਾਂ। ਅਤੇ ਨਾਲ ਅਸੀਂ ਸਾਡੇ ਇਸ ਸ਼ਹੀਦ ਨੂੰ, ਸਾਡੇ ਇਸ ਸ਼੍ਰੋਮਣੀ ਸ਼ਹੀਦ ਤੋਂ ਪ੍ਰੇਰਨਾ ਲੈਂਦੇ ਹੋਏ, ਇਹਦੀ ਲਾਈਨ 'ਤੇ ਅੱਗੇ ਚੱਲਦੇ ਹੋਏ ਬਰਨਾਲਾ ਇਲਾਕੇ ਦੇ ਸਾਥੀਓ ਅਤੇ ਪੰਜਾਬ ਦੇ ਮੇਰੇ ਬਹਾਦਰ ਲੋਕੋ, ਇਸ ਗੱਲ ਦੀ ਤੁਹਾਡੇ ਨਾਲ ਗਰੰਟੀ ਕਰਦੇ ਹਾਂ ਕਿ ਅਸੀਂ ਇਕੱਲੇ ਕਾਨੂੰਨਾਂ ਦੀ ਲੜਾਈ ਨਹੀਂ, ਅਸੀਂ ਵੱਡੇ ਹਿਸਾਬ ਕਿਤਾਬ ਕਰਨੇ, ਅਸੀਂ ਲੁੱਟ ਦਾ ਮਾਲ ਵਾਪਸ ਕਰਾਉਣਾ, ਅਡਾਨੀ ਦੀ ਜਾਇਦਾਦ ਜ਼ਬਤ ਕਰਾਉਣੀ ਹੈ, ਅਬਾਨੀ ਦੀ ਜਾਇਦਾਦ ਜ਼ਬਤ ਕਰਾਉਣੀ ਹੈ। ਕੀ ਕੋਈ ਜਵਾਬ ਦੇ ਸਕਦਾ ਸਾਨੂੰ ਕਿ ਅਡਾਨੀ ਦੇ ਅਬਾਨੀ ਦੇ ਕੋਲ ਇੰਨਾ ਸ਼ਰਮਾਇਆ ਇਕੱਠਾ ਕਿਵੇਂ ਹੋ ਗਿਆ? ਅਖਬਾਰਾਂ ਕੂਕ ਰਹੀਆਂ ਨੇ, ਤੁਸੀਂ ਬੜੇ ਫਖਰ ਨਾਲ ਕਹਿੰਦੇ ਹੋ ਕਿ ਪਿਛਲੇ ਸਾਲ 700 ਬੰਦਾ ਕਰੋੜਪਤੀ ਸੀ ਅਤੇ ਇਸ ਸਾਲ ਦੇ ਵਿੱਚ 400 ਬੰਦਾ ਕਰੋੜਪਤੀ ਹੋ ਗਿਆ, ਪਰ ਤੁਹਾਡੇ ਮੂੰਹ ਦੇ ਵਿੱਚੋਂ ਕਦੇ ਇਹ ਗੱਲ ਨਿਕਲੀ ਹੈ ਕਿ ਪਿਛਲੇ ਸਾਲ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਇੰਨੀਆਂ ਹੋਈਆਂ ਸੀ ਅਤੇ ਇਸ ਸਾਲ ਦੇ ਵਿੱਚ ਕਰਜ਼ੇ ਦੇ ਸਤਾਏ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਇੰਨੀਆਂ ਹੋ ਗਈਆਂ? ਮੂੰਹ ਗੱਲ ਨਿਕਲੀ ਹੈ ਕਿ 700 ਬੰਦਾ ਸ਼ਹੀਦ ਹੋ ਗਿਆ ਮੋਰਚੇ ਦੇ ਵਿੱਚ। ਇੱਥੇ ਇੱਕ ਚਾਗਲ ਹੈ, ਚਾਗਲ ਵੀ ਉਹ ਕੀ ਕਹਿ ਦਈਏ ਬਾਈ, ਬਰਨਾਲੇ ਵਾਲਿਓ, ਤੁਹਾਡੀ ਧਰਤੀ ਦੀ ਚਾਗਲ, ਮੈਨੂੰ ਕਹਿਣ ਨੂੰ ਸ਼ਰਮ ਆਉਂਦੀ ਆ, ਉਹਦਾ ਨਾਂ ਤਾਂ ਬਾਈ ਮੈਂ ਲੈਣਾ ਨਹੀਂ। ਉਹ ਕਹਿੰਦਾ ਕਹਿੰਦਾ ਜਿਹੜਾ 700 ਬੰਦਾ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਉਹ ਉਗਰਾਹਾਂ ਅਤੇ ਰਾਜੇ ਵਾਲ ਨੇ ਕਰਕੇ ਹੋਇਆ ਬਾਈ। ਸਾਡਾ ਬੰਦਾ ਮਰਿਆ ਹੋਵੇ, ਸਾਡੇ ਪੁੱਤ ਮਰੇ ਹੋਣ, ਸਾਡੇ ਭਰਾ ਮਰੇ ਹੋਣ, ਅਤੇ ਤੂੰ ਇਹ ਗੱਲ ਸਾਡੇ ਸਿਰ ਥੋਪੇ, ਇਹ ਜਵਾਬ ਤਾਂ ਤੈਨੂੰ ਸਾਡੇ ਲੋਕ ਦੇਣਗੇ ਬਾਈ, ਜਿੱਦਾਂ ਕਦੇ ਮੈਦਾਨ 'ਚ ਟੱਕਰ ਗਿਆ ਉਦੋਂ ਤੈਨੂੰ ਅਸੀਂ ਜਵਾਬ ਦੇਵਾਂਗੇ ਕਿ ਮਰਨ ਵਾਲਾ ਪੁੱਤ ਕਿਹਦਾ ਸੀ ਅਤੇ ਮਰਨ ਵਾਲਾ ਭਰਾ ਸਾਡਾ ਕਿਹਦਾ ਸੀ? ਉਹ ਕਿਹਦਾ ਸੀ ਜਿਹੜਾ ਗੱਡੀ ਦੇ ਵਿੱਚ ਜਿਉਂਦਾ ਸੜ ਗਿਆ, ਉਹ ਕਿਹਦਾ ਸੀ? ਅਸੀਂ ਤੈਨੂੰ ਜਵਾਬ ਦੇਵਾਂਗੇ, ਵਕਤ ਆ ਜਾਣ। ਵਕਤ ਨਹੀਂ ਮਾਫ਼ ਕਰਦਾ ਹੁੰਦਾ ਕਿਸੇ ਨੂੰ। ਇਸ ਕਰਕੇ ਸਾਥੀਓ, ਦੂਜੀ ਵੱਡੀ ਗੱਲ ਇਹ ਹੈ ਕਿ ਤੁਸੀਂ ਝੋਨਾ ਵੇਚਣ ਦੀਆਂ ਤਿਆਰੀਆਂ ਕਰ ਰਹੇ ਹੋ, ਹਕੂਮਤ ਵੱਲੋਂ ਫਰਮਾਨ ਆਏ ਨੇ ਵੀ ਫਰਦਾਂ ਜਮ੍ਹਾਂ ਕਰਾਓ ਅਤੇ ਫਿਰ ਝੋਨਾ ਵਿਕੂਗਾ। ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਕਿ ਕਿਸੇ ਵੀ ਸਾਥੀ ਨੇ ਫਰਦਾਂ ਨਹੀਂ ਜਮ੍ਹਾਂ ਕਰਾਉਣੀਆਂ ਅਤੇ ਝੋਨਾ ਵਿੱਚ। ਦੂਜਾ ਫੈਸਲਾ ਇਹ ਹੈ ਕਿ 4-5 ਸਾਲਾਂ ਤੋਂ ਇਸ ਗੱਲ ਦੀ ਚਰਚਾ ਹੈ ਕਿ ਪਰਾਲੀ ਨਾਲ ਅੱਗ ਨਾ ਲਾਓ। ਅੱਗ ਅਸੀਂ ਲਾਉਣਾ ਨਹੀਂ ਚਾਹੁੰਦੇ ਬਾਈ, ਪ੍ਰਦੂਸ਼ਣ ਨਾਲੀ ਫੈਲਾਉਣਾ ਨਹੀਂ ਚਾਹੁੰਦੇ, ਨਾ ਅਸੀਂ ਪ੍ਰਦੂਸ਼ਣ ਫੈਲਾਉਣ ਦੇ ਹੱਕ 'ਚ ਹਾਂ, ਨਾ ਅਸੀਂ ਅੱਗ ਲਾਉਣ ਦੇ ਹੱਕ 'ਚ।
एक हफ्ते दे विच साडे खेतां दी पराली चक के लै जाओ, कोई पैसा नहीं लैंदे। जे हफ्ते तक ना आए तो पराली नूं अग लगूगी बई, जिहड़ा मर्जी करो। जिहड़ा तुसीं कहिंदे हो भी 1 करोड़ रुपया जुर्माना 5 साल की कैद, वो करोड़ रुपया भी गिण के रखांगे बई, 5 साल की कैद आ के लै जाओ। असी थोड़ा बई, असी मोदी साहब वो आड़ी सियां, वो बई असी तेरा इंतजार करांगे, तू आ जी पैसे लैण, गिण के रखांगे। उस तरह गिण के रखांगे जिवें दिड़बे दे बाणियां नूं ग्राहां दे विच माइयां ने कुरकी वेले गिण के पैसे दित्ते। इस करके भैणों ते भरावो धन है भाई थोड़े, मैनू तां मैं झंडा सुना गल करी जांदा सी भी यार जिन्नी गर्मी है अज तां भाई कोई ना कोई बंदा साडा फुड़कूगा, पर बारे बारे जाइए थोड़े भैणों ते बारे बारे जाइए थोड़े वीरो। इत्थे साडा साथी हरियाणे दा बैठा है जगिंदर सिंह नैन घासी राम दा मुंडा, क्योंकि असीं हरियाणे दे यूपी दे कट्ठां च गए हाँ, तुसीं भी सारे मुजफ्फरपुर रैली देख के आए हो, तुसीं आपदी निगाह नाल देखो कि रैली ते बरनाली दी रैली दे विच फर्क की है, नोट करके आयो। असीं इह दिखाउणा चाहुंदे हाँ, असीं कदे कोशिश नहीं कीती इह कहिण दी भी भरावो तुसीं इकट्ठे हो के बहि जाओ। इत्थों मेरी थोड़ी जी निगाह कमज़ोर है, मैं जिथों तक मेरी निगाह जाती है, जितों तक साडे टेंट लगे हुए ने, आ बारिश करके थां गिली होनी, भरा खड़े हो गए, तुसीं सारे दा सारा इकट्ठ बैठे सी बई। इस गल दा तकरीर नालों वड्डा असर पैंदा है, इह उह असर पाउंदी है भी जनता किहड़ी है बई थोड़े ज़्यादा। एक बारी आपां नथाणे बैंक घेरिया होया सी, गर्मी की रुत्त दे विच बैंक का मैनेजर घेरिया होया सी, ते उन्होंने हमला करन दी तैयारी कर ली, वो बोल्ट मारन लग गए, तुसीं मूके लैके ऐं पल्ले मारन लग गए। वो हौली हौली उन्होंने सोचा भी यार ये तो बंदूकों तो नाल भी नहीं डरे, इन्हां दा की बनू। जानी अद्धे पौने घंटे बाद SDM आ के छड़ा के लै गई, कहिंदी तुहाडे तड़के 7 बजे बंदे छड़ दांगे। ऐं जितदे हुंदे बई तुसीं, आ जिहड़ा तुहाडा संकेत है ना ऐं बैठण दा, ऐं टिक के बैठदे हो, तुसीं टिक के सुणदे हो, तां इहदे तों इह जाहर हुंदा है भी तुसीं बई कोई किराए ते लिआंदे होए बंदे नहीं हो, तुसीं पेंशनां दे लालच नहीं आए, तुसीं आपदे बच्चों की नौकरी लवाउण वास्ते नहीं आए, सानू दारूआं भुक्कियां दे के नहीं लिआंदा, तुसीं कोई राष्ट्रीय पार्टी की रैली च नहीं आए, तुसीं अपने शहीद श्रोमणी शहीद नूं शताब्दी दिवस ते उहनूं सलाम करन आए हो, उहदी लाइन नूं लागू करन आए हो, ते आपदे सामने खड़े दुश्मन नूं बंगारन आए हो। इसे करके अज धरती तों आपां फिर अहिद लैने आं कि जंग जितांगे दिल्ली दे विचों, जदों मुड़दांगे गजदे आवांगे बजदे आवांगे, जंग जारी रहू, लुट्टिया होया सारा वापस माल बढ़ावांगे। धन्यवाद। ਸਾਡੇ ਸ਼੍ਰੋਮਣੀ ਸ਼ਹੀਦ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ 'ਤੇ ਵੱਡੀ ਕਹਿਰ ਦੀ ਗਰਮੀ ਦੇ ਵਿੱਚ ਬੈਠੇ ਕਿਸਾਨ ਭਰਾਵੋ ਅਤੇ ਭੈਣੋ, ਸਭ ਤੋਂ ਪਹਿਲਾਂ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਕੱਢਣ ਦੀ ਖਾਤਰ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਾਨਾਂ ਲਾਈਆਂ ਨੇ, ਜੇਲ੍ਹਾਂ ਕੱਟੀਆਂ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇਹਨਾਂ ਥਾਂ ਕਿਉਂ ਦਿੱਤਾ ਅਤੇ ਉਹਨਾਂ ਨੂੰ ਅਸੀਂ ਸ਼ਹੀਦ ਆਜ਼ਮ ਹੀ ਕਿਉਂ ਕਹਿੰਦੇ ਹਾਂ, ਇਸ ਗੱਲ ਨੇ ਕਈ ਸਵਾਲ ਖੜ੍ਹੇ ਕੀਤੇ ਹੋਏ ਨੇ। ਜਿਹੜਾ ਨੌਜਵਾਨ ਹਿੱਸਾ ਸਾਡਾ ਪੰਡਾਲ ਦੇ ਵਿੱਚ ਬੈਠਾ ਹੈ, ਇਹਨਾਂ ਸਾਰਿਆਂ ਨੂੰ ਇਉਂ ਲੱਗਦਾ ਕਿ ਭਗਤ ਸਿੰਘ ਦੇ ਕੋਲ ਰਿਵਾਲਵਰ ਫੜਿਆ ਹੋਇਆ ਅਤੇ ਭਗਤ ਸਿੰਘ ਇਸ ਕਰਕੇ ਮਸ਼ਹੂਰ ਹੈ ਉਹਨੇ ਵੀ ਸਾਂਡਰਸ ਦੇ ਗੋਲੀ ਮਾਰ ਕੇ ਉਹਨੂੰ ਫੋੜਿਆ ਸੀ। ਇਹਦੇ ਨਾਲ ਇਹ ਲੱਗਦਾ ਵੀ ਉਹੀ ਭਗਤ ਸਿੰਘ
ਜਿਹੜਾ ਅੰਗਰੇਜ਼ੀ ਹਕੂਮਤ ਦੇ ਇੱਕ ਵੱਡੇ ਪੁਰਜੇ ਨੂੰ ਗੋਲੀ ਨਾਲ ਅਡਾਉਂਦਾ ਤਾਂ ਉਹੀ ਭਗਤ ਸਿੰਘ ਅਸੈਂਬਲੀ ਦੇ ਵਿੱਚ ਫੋਕਾ ਬੰਬ ਸਿੱਟ ਕੇ ਅੰਗਰੇਜ਼ਾਂ ਨੂੰ ਬਚਾਉਣ ਦਾ ਕਾਹਤੋਂ ਗਿਆ ਸੀ ਬਾਈ? ਉਦੋਂ ਫਿਰ ਉਹਨੇ ਅੰਗਰੇਜ਼ ਕਿਉਂ ਨਹੀਂ ਮਾਰੇ? ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਭਗਤ ਸਿੰਘ ਇਸੇ ਕਰਕੇ ਮਸ਼ਹੂਰ ਆ ਵੀ ਉਹ ਪਿਸਤੌਲ ਵਾਲਾ ਸੀ, ਉਹ ਬੰਬ ਵਾਲਾ ਸੀ, ਨਹੀਂ ਸਾਥੀਓ। ਸ਼ਹੀਦ ਆਜ਼ਮ ਭਗਤ ਸਿੰਘ ਦਾ ਥਾਂ ਤਾਂ ਬਣਿਆ ਵੀ ਉਹ ਕਿਤਾਬਾਂ ਵਾਲਾ ਭਗਤ ਸਿੰਘ ਵੀ ਸੀ, ਉਹ ਪੜ੍ਹਦਾ ਸੀ, ਉਹ ਲਿਖਦਾ ਸੀ, ਉਹ ਬੋਲਦਾ ਸੀ। ਭਗਤ ਸਿੰਘ ਦੀ ਮਹੱਤਤਾ ਸਾਡੇ ਘੋਲ ਨਾਲ ਜੁੜ ਕਿਉਂ ਗਈ? ਅਸੀਂ ਅੱਜ ਉਹਦੀ ਸ਼ਤਾਬਦੀ ਮਨਾ ਕਿਉਂ ਰਹੇ ਹਾਂ? ਉਹਦੀ ਸ਼ਤਾਬਦੀ ਦਾ ਦਿਨ ਇਸ ਅੰਦੋਲਨ ਨੂੰ ਸੰਬੋਧਿਤ ਕਿਵੇਂ ਹੋ ਰਿਹਾ? ਇਸ ਗੱਲ ਨਾਲ ਅਸੀਂ ਮੁੱਢ ਤੋਂ ਜੁੜੇ ਹੋਏ ਹਾਂ, ਇਸ ਲਾਈਨ 'ਤੇ ਖੜ੍ਹ ਕੇ ਅਸੀਂ ਅੰਦੋਲਨ ਲੜ ਰਹੇ ਹਾਂ, ਇਸ ਲਾਈਨ 'ਤੇ ਖੜ੍ਹ ਕੇ ਹੀ ਅਸੀਂ ਇੱਥੇ ਤੱਕ ਅੱਗੇ ਵਧੇ ਹਾਂ। ਉਹਦਾ ਕਿਹੜੀ ਲਾਈਨ ਹੈ ਉਹ ਜਿਹਦੇ ਬਾਰੇ ਸਾਡੇ ਬਹੁਤ ਸਾਰੇ ਸਾਥੀਆਂ ਨੇ ਜ਼ਿਕਰ ਕੀਤਾ ਹੈ ਕਿ ਭਗਤ ਸਿੰਘ ਕਹਿੰਦਾ ਸੀ ਕਿ ਦੇਸ਼ ਵਾਸੀਓ, ਤੁਹਾਡੇ ਨਾਲ ਆਜ਼ਾਦੀ ਦੇ ਨਾਂ 'ਤੇ ਕੋਈ ਧੋਖਾ ਹੋ ਸਕਦਾ, ਇੱਥੇ ਇੱਕ ਸਮਝੌਤਾ ਹੋ ਸਕਦਾ,